ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸ਼ਬਦ ਕਰਾਂਗੇ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ। ਦੇਖੋ ਜੀ, ਪਹਿਲਾਂ ਵੀਰਾਂ ਦੇ ਸਕੇਲ ਤੋਂ, ਫਿਰ ਭੈਣਾਂ ਦੇ ਸਕੇਲ ਤੋਂ ਕਰਾਂਗੇ ਨੋਟੇਸ਼ਨ ਨਾਲ ਤਾਲ ਕੇ ਆਰੋਹ ਵਿੱਚ। ਦੇਖੋ ਜੀ, ਦੂਜੇ ਗੱਲ ਤੋਂ ਪਹਿਲਾਂ ਵੀਰਾਂ ਦੇ ਭਾਈ ਸਤਿੰਦਰਬੀਰ ਸਿੰਘ ਜੀ ਦੀ ਕੰਪੋਜੀਸ਼ਨ। ਪੰਜ ਪਿਆਲੇ ਪੰਜ ਪੀਰ, ਸਾਗਰ ਸਾਨੀ ਪਾਣੀ ਨੀ ਸਾ ਸਾ ਸਾ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਪਾਰੀ, ਸਾਧਾ ਕੋਮਲ ਥਾ ਕੋਮਲ। ਛਟਮ ਪੀਰ ਬੈਠਾ ਗੁਰ ਪਾਰੀ, ਪੰਜ ਪਿਆਲੇ ਪੰਜ ਪੀਰ। ਹਜੇ ਖੋਤਰਾ ਕਿਵੇਂ ਕਰਨਾ, ਢਾ ਤਾਂ ਲਾਵਾਂ ਠੀਕ ਹੈ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਦਾਦਾ ਦਾ ਪਮ ਪਾਮ ਨੀ ਪਮ ਗਾ, ਸਾ ਗਾ ਗਾ ਮਾ ਧਾ ਪਾ ਪਾਮਾ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਪਾਰੀ, ਪੰਜ ਪਿਆਲੇ ਪੰਜ ਪੀਰ। ਜਿਸ ਰਾਬ ਜੀ ਨੇ ਜੋੜ ਕੀਤਾ ਉਸੇ ਤਰ੍ਹਾਂ ਹੀ ਅੰਤਰ ਹੈ। ਆਜੇ ਦੇਖੋ ਹੁਣ ਫੀਮੇਲ ਸਕੇਲ ਤੋਂ ਦੇਖਾਂਗੇ, ਚੌਥੇ ਗੱਲ ਤੋਂ ਤਾਲ ਕਹਿ ਰਹੇ। ਰੇ ਧਾ ਕੋਮਲ ਹੈ ਤੇ ਨੀ ਕੋਮਲ ਹੈ, ਠੀਕ ਹੈ। ਪੰਜ ਪਿਆਲੇ ਪੰਜ ਪੀਰ, ਸਾਰੇ ਗਰ ਸਾਗਰ ਸਾਨੀ ਪਾ ਨੀ ਸਾ ਸਾ ਸਾ। ਪੰਜ ਪਿਆਲੇ ਪੰਜ ਪੀਰ, ਸਾਧਾ ਪਾਧਮਾ ਪ ਗਾਮ ਗਰੇਰ ਸਾ ਸਾ ਸਾ। ਛਟਮ ਪੀਰ ਬੈਠਾ ਗੁਰ ਪਾਰੀ, ਸਾਧਾ ਪਾਧਮਾ ਪ ਗਾਮ ਗਰੇਰ ਸਾ ਸਾ ਸਾ। ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ। ਅੰਦਰ ਦੇਖੋ ਜਿਸ ਤਰ੍ਹਾਂ ਜੋੜ ਹੈ ਉਸ ਤਰ੍ਹਾਂ ਹੀ ਅੰਦਰ ਹੈ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਢਾ ਦਾ ਦਾ ਪਾਵਾਂ ਪਾਮਾ ਨੀ ਪਾਮਾ ਗਾ, ਸਾ ਗਾ ਗਾ ਮਾ ਧਾ ਪਾ ਪਾਮਾ। ਅਰਜਨ ਕਾਇਆ ਪਲਟ ਕੇ,
ਮੂਰਤ ਹਰ ਗੋਬਿੰਦ ਸਵਾਰੀ ਪੰਜ ਪੈ।